ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਦਿਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਦਾ ਇੱਕ ਹੋਰ ਤੋਹਫਾ ਹਾੜੀ ਦੀ ਫਸਲ ਦੀ ਐਮਐਸਪੀ 'ਚ ਵਾਦਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੇਂਦਰ ਸਰਕਾਰ ਨੇ ਬੀਤੀ ਦਿਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਪੈਸਾ ਟ੍ਰਾਂਸਫਰ ਕੀਤਾ ਸੀ ਅਤੇ ਅੱਜ ਦੀ ਸਾਰਣ ਨੂੰ ਦੀਵਾਲੀ ਦੇ ਇੱਕ ਹੋਰ ਤੋਹਫਾ ਦਿੱਤਾ ਗਿਆ ਸਰਕਾਰ ਨੇ ਹਾੜੇ ਦੀਆਂ ਫਸਲਾਂ ਦੇ ਕਟੋਕਟ ਸਮਰਥਨ ਮੁੱਲ 'ਚ ਵਾਅਦਾ ਕੀਤਾ ਇਸ ਵਾਰ ਜਾਣਕਾਰੀ ਦਿੰਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਕਣਕ ਦਾਲਾ ਜੋ ਅਤੇ ਛੋਲੇ ਸਮੇਤ ਹੋਰ ਹਾੜੇ ਦੀਆਂ ਫਸਲਾਂ ਦੇ ਕਟੋਕਟ ਸਮਰਥਨ ਮੁੱਲ 'ਚ ਵਾਅਦਾ ਕੀਤਾ ਕਣਕ ਦੇ ਭਾਵ ਚ 110 ਜੋ ਵਿੱਚ 100 ਰੁਪਏ ਛੋਲਿਆਂ ਤੇ 105 ਤੇ ਮਸੂਰ ਦਾਲ ਚ 500 ਰੁਪਏ ਪ੍ਰਤੀ ਕਵਾਂਡਲ ਦਾ ਵਾਦਾ ਹੋਇਆ ਜਿਆਦਾਸ ਦੀ ਕੇਐਮਐਸਪੀ ਕਮੇਟੀ ਦੀ ਹਾਰਦੀ ਦੀਆਂ 6 ਫਸਲਾਂ ਦੀ ਐਮਐਸਪੀ ਨੂੰ 9 ਫੀਸਦੀ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਇਸ ਤੋਂ ਬਾਅਦ ਖੇਤੀਬਾੜੀ ਮੰਤਰਾਲੇ ਨੇ ਇਨ੍ਹਾਂ ਫਸਲਾਂ ਦੇ ਕਟੋਗਾਰ ਸਮਰਥਨ ਮੁੱਲ ਤੋਂ ਵਾਦਾ ਕਰਨ ਦੀ ਸਿਫਾਰਿਸ਼ ਕੀਤੀ ਤੇ ਕੇਂਦਰੀ ਮੰਡੀ ਮੰਡਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੇ ਬਾਕੀ ਖਬਰ ਨੂੰ ਅੰਤਰ ਦੇਖਣ ਲਈ ਤੁਹਾਡਾ